ਫਤਿਹਗੜ੍ਹ ਸਾਹਿਬ ਦੀ ਜਿਹੜੀ ਸੀਟ ਹੈ ਅਤੇ ਇਸ ਦੇ ਨਾਲ ਹੀ ਉੱਥੇ ਦੀ ਤਿਆਰੀਆਂ ਦੇ ਬਾਰੇ ਦੱਸਣ ਦੇ ਲਈ ਸਾਡੇ ਨਾਲ ਜੁੜੇ ਨੇ ਰਾਜੇਸ਼ ਸ਼ਰਮਾ ਜੁੜ ਚੁੱਕੇ ਨੇ। ਰਾਜੇਸ਼, ਕਿਸ ਤਰੀਕੇ ਦੀ ਤਿਆਰੀਆਂ ਜਿਹੜੀਆਂ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਕੀਤੀ ਗਈ ਹੈ, ਕੀ ਕੁਛ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਤੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਦਾ ਭਿੜੰਤ ਜਿਹੜਾ ਹੈ ਨਜ਼ਰ ਆਵੇਗਾ ਕੱਲ੍ਹ? ਪਹਿਲਾਂ ਤਾਂ ਮੈਨੂੰ ਦੱਸ ਦਿੰਦਾ ਸੀ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਚੁਣਾਂ ਦੇ ਮੱਦੇਨਜ਼ਰ ਜਿਹੜੀਆਂ ਤਿਆਰੀਆਂ ਪੂਰੀਆਂ ਮੁਕੰਮਲ ਕਰ ਲਏ ਗਏ ਨੇ। 1800 ਦੇ ਕਰੀਬ ਜਿਹੜੇ ਆ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਨੇ ਤੇ 7200 ਦੇ ਕਰੀਬ ਜਿਹੜੇ ਆ ਮੁਲਾਜ਼ਮ ਤੇ ਅਧਿਕਾਰੀ ਜਿਹੜੇ ਆ ਉਹ ਤੈਨਾਤ ਕੀਤੇ ਗਏ ਨੇ ਤੇ ਕੱਲ੍ਹ ਦਾ ਸਮਾਂ ਹੈ ਜਿਹੜਾ ਹੈ ਉਹ ਸਵੇਰੇ ਜਿਹੜਾ ਹੈ ਉਮੀਦਵਾਰਾਂ ਦੇ ਭਵਿੱਖ ਦਾ ਜਿਹੜਾ ਹੈ ਲੋਕ ਉਹ ਫੈਸਲਾ ਕਰਨਗੇ ਤੇ ਗਰਮੀ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਿਦਾਇਤ ਕੀਤੀ ਗਈ ਹੈ ਤੇ ਖੁਦ ਪ੍ਰਸ਼ਾਸਨ ਵੱਲੋਂ ਵੀ ਜਗ੍ਹਾ ਜਗ੍ਹਾ ਪਾਣੀ ਹੋਰ ਬੰਦੋਬਸਤ ਪ੍ਰੋਪਰ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਪੇਸ਼ ਨਾ ਆਵੇ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਇੱਕ ਐਪ ਤਿਆਰ ਕੀਤੀ ਗਈ ਹੈ ਜਿੱਥੇ ਉਹ ਆਪਣੇ ਨੇੜੇ ਤੇੜੇ ਦੇ ਕਿਸੇ ਵੀ ਇਲਾਕੇ 'ਚ ਜੇ ਤੁਸੀਂ ਪੋਲਿੰਗ ਜਿਹੜਾ ਤੁਹਾਡਾ ਬੂਥ ਹੈ ਉੱਥੇ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ ਤਾਂ ਉੱਥੇ ਦਾ ਜਿਹੜਾ ਤੁਹਾਨੂੰ ਵਿਊਰਾ ਉਹਦੇ ਚਾਹ ਜਾਏਗਾ ਤੇ ਉੱਥੇ ਕਿੰਨਾ ਰਹਿ ਗਿਆ ਸੀ। ਬਿਲਕੁਲ, ਜਿਹੜੇ ਕਿਤੇ ਇਹ ਜਿਹੜਾ ਐਪ ਵਾਲਾ ਉਪਰਾਲਾ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ, ਆਪਣੇ ਆਪ ਦੇ ਵਿੱਚ ਖਾਸ ਹੈ ਤੇ ਕਿਹਾ, ਤੁਹਾਨੂੰ ਕੀ ਲੱਗਦਾ ਹੈ ਕਿ ਵੋਟਿੰਗ ਪਰਸੈਂਟੇਜ ਤੇ ਕਿੰਨਾ ਇਫੈਕਟ ਜਿਹੜਾ ਹੈ ਇਸ ਐਪ ਦੇ ਕਰਕੇ ਪਵੇਗਾ? ਦੇਖੋ, ਕਾਫੀ ਹੱਦ ਤੱਕ ਇਸ ਦਾ ਵੋਟਿੰਗ ਦੀ ਪਰਸੈਂਟੇਜ ਦਾ ਫਰਕ ਪਏਗਾ, ਪਰ ਮੈਂ ਤੁਹਾਨੂੰ ਗੱਲ ਦੱਸਾਂ ਕਿ ਗਰਮੀ ਜਿਹੜੀ ਕੱਲ ਨੂੰ ਜਿਹੜੀ ਗਰਮੀ ਗਰਮੀ ਤੈਅ ਕਰੇਗੀ ਕਿ ਵੋਟਿੰਗ ਕਿੰਨੀ ਹੋਏਗੀ। ਪਰ ਸ਼ਹਿਰੀ ਵੋਟਿੰਗ ਦੀ ਗੱਲ ਕਰ ਲੈਂਦਾ ਕਿ ਸ਼ਹਿਰੀ ਜਿਹੜੀ ਵੋਟਿੰਗ ਆ ਉਹਦੀ ਪਰਸੈਂਟੇਜ ਤੇ ਕਾਫੀ ਹੱਦ ਤੱਕ ਅਸਰ ਪੈਂਦਾ। ਅਕੇਲਾ ਅਸੀਂ ਮੰਡੀ ਗੋਬਿੰਦਗੜ੍ਹ ਦੀ ਗੱਲ ਕਰ ਲੈਂਦੇ ਹਾਂ, ਸ਼ਹਿਰ ਮੰਡੀ ਗੋਬਿੰਦਗੜ੍ਹ ਜਿਹੜਾ ਸਾਡਾ ਸ਼ਹਿਰ ਹੈ ਉੱਥੇ ਜਿਹੜਾ ਵੋਟਿੰਗ ਪਰਸੈਂਟੇਜ ਤੇ ਕਾਫੀ ਅਸਰ ਪਵੇਗਾ ਇਸਦਾ। ਪਿੰਡਾਂ 'ਚ ਜਿਹੜੀ ਵੋਟਿੰਗ ਆ ਉਹ ਉਹਦੇ 'ਚ ਬੇਸ਼ੱਕ ਕੋਈ ਫਰਕ ਨਾ ਪਵੇ, ਪਰ ਸ਼ਹਿਰੀ ਜਿਹੜੀ ਵੋਟਿੰਗ ਉਹ ਪਰਸੈਂਟੇਜ ਤੇ ਗਰਮੀ ਨੂੰ ਦੇਖਦੇ ਹੋਏ ਕਾਫੀ ਅਸਰ ਪਵੇਗਾ। ਜੀ ਰਾਜੇਸ਼, ਕਿਸ ਤਰੀਕੇ ਦੀ ਜੁੜੀਆਂ ਸੁਰੱਖਿਆ ਦੇ ਇੰਤਜ਼ਾਮਾਤ ਉੱਥੇ ਕੀਤੇ ਗਏ ਨੇ ਪੋਲਿੰਗ ਬੂਥ ਦੇ ਬਾਹਰ? ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਹਰ ਤਰ੍ਹਾਂ ਦੇ ਪ੍ਰਬੰਧ ਕਰ ਲਏ ਗਏ ਨੇ। ਪੁਲਿਸ ਮੁਲਾਜ਼ਮ ਜਿਹੜੇ ਆ ਵੱਡੀ ਗਿਣਤੀ ਤੈਨਾਤ ਕੀਤੇ ਗਏ ਨੇ। ਜਿਹੜੀ ਫੋਰਸ ਟੁਕੜੀਆਂ ਨੇ ਬਾਹਰ ਲਿਆ ਸੁਰੱਖਿਆ ਬਲਾਂ ਦੀਆਂ ਉਹ ਵੀ ਤੈਨਾਤ ਕੀਤੀਆਂ ਗਈਆਂ ਨੇ ਤੇ ਹਰ ਜਗ੍ਹਾ ਤੇ ਜਿਹੜਾ ਇਹ ਪੁਲਿਸ ਵੱਲੋਂ ਫਲੈਗ ਮਾਰਚ ਵੀ ਕੱਢਿਆ ਗਿਆ ਤਾਂ ਕਿ ਲੋਕਾਂ 'ਚ ਜਿਹੜੀ ਆ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਤੇ ਬਿਨਾਂ ਡਰ ਬਿਨਾਂ ਲਾਲਚ ਬਿਨਾਂ ਭੈ ਤੋਂ ਉਹ ਆਪਣਾ ਵੋਟ ਆ ਜਿਹੜਾ ਉਹ ਕਰ ਸਕਣ। ਜੀ ਜੀ ਰਾਜੇਸ਼, ਤੇ ਲੋਕਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਨਜ਼ਰ ਆ ਰਿਹਾ ਹੈ, ਕਿਉਂਕਿ ਕਿਤੇ ਨਾ ਕਿਤੇ ਕੱਲ ਦਾ ਦਿਨ ਹੀ ਇੱਕ ਅਜਿਹਾ ਦਿਨ ਹੁੰਦਾ ਹੈ ਕਿ ਲੋਕ ਆਪਣੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ, ਅਸਲੀ ਜਨਤਾ ਦੀ ਪਾਵਰ ਜਿਹੜੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਹੀ ਨਜ਼ਰ ਆਉਂਦੀ ਹੈ। ਕਿੰਨਾ ਕੁ ਉਤਸ਼ਾਹ ਉਹਨਾਂ ਦੇ ਵਿੱਚ ਨਜ਼ਰ ਆ ਰਿਹਾ ਫਤਿਹਗੜ੍ਹ ਸਾਹਿਬ ਦੇ ਵਿੱਚ? ਨੈਚੁਰਲੀ ਲੋਕ ਜਿਹੜੇ ਨੇ ਉਹ ਪੋਲਿੰਗ ਬੂਥਾਂ ਤੇ ਜਾਣ ਲਈ ਤਿਆਰ ਨੇ ਤੇ ਆਪਣਾ ਵੋਟ ਦੇਖ ਕੇ ਜਿਹੜਾ ਹੈ ਆਪਣਾ ਉਮੀਦਵਾਰ ਚੁਣਨਗੇ ਤੇ ਭਾਰਤ 'ਚ ਜਿਹੜੀ ਸਾਡੀ ਸਰਕਾਰ ਆ ਉਹਨੂੰ ਚੁਣਨਗੇ ਤੇ ਲੋਕਾਂ 'ਚ ਕਾਫੀ ਉਤਸ਼ਾਹ ਹੈ। ਖਾਸ ਕਰ ਸ਼ਹਿਰੀ ਖੇਤਰ 'ਚ ਕਾਫੀ ਦੇਖਣ ਨੂੰ ਮਿਲ ਰਿਹਾ ਕਿ ਜਿਹੜਾ ਲੋਕ ਨੇ ਉਹ ਕੱਲ੍ਹ ਦਾ ਇੰਤਜ਼ਾਰ ਕਰ ਰਹੇ ਨੇ ਕਿ ਉਹ ਵੋਟਿੰਗ ਕਰਨ। ਪਰ ਜਿਹੜਾ ਵੋਟਿੰਗ ਪਰਸੈਂਟੇਜ ਦੀ ਗੱਲ ਤੁਹਾਨੂੰ ਮੈਂ ਕਹਿੰਦੀ ਤੇ ਜੋ ਵੋਟਿੰਗ ਹੋਏਗੀ ਉਹ ਮਾਰਨਿੰਗ 7 ਵਜੇ ਤੋਂ ਲੈ ਕੇ ਜੋ ਜਿੰਨੀ ਦੇਰ ਗਰਮੀ ਘੱਟ ਹੋਵੇਗੀ ਉਨੀ ਦੇਰ ਵੋਟਿੰਗ ਜਿਹੜੀ ਆ ਉਹ ਵਧੀਆ ਹੋ ਸਕਦੀ ਆ, ਪਰ ਜੇਕਰ ਦਿਨ 'ਚ ਗਰਮੀ ਵੱਧਦੀ ਹੈ ਤਾਂ ਇਹਦੇ ਤੇ ਅਸਰ ਜ਼ਰੂਰ ਪਵੇਗਾ ਜੀ। ਜੀ ਤੇ ਰਾਜੇਸ਼, ਇਸ ਦੇ ਨਾਲ ਹੀ ਜੇਕਰ ਸਮੀਕਰਨ ਦੀ ਗੱਲ ਕਰੀਏ ਜੋ ਕਿ ਉਮੀਦਵਾਰ ਨੇ ਜੋ ਫਤਿਹਗੜ੍ਹ ਸਾਹਿਬ ਸੀਟ ਤੋਂ ਨੇ, ਭਾਜਪਾ ਤੋਂ ਗੇਜਵਾ ਰਾਮ ਵਾਲਮੀਕਿ ਜੋ ਕਿ ਇੱਕ ਨਵਾਂ ਚਿਹਰਾ ਨੇ ਬੀਜੇਪੀ ਦੇ ਵਾਸਤੇ, ਬੀਜੇਪੀ ਨੇ ਨਵੇਂ ਚਿਹਰੇ ਨੂੰ ਮੌਕਾ ਦਿੱਤਾ ਹੈ, ਕਿਸ ਤਰ੍ਹਾਂ ਲੱਗਦਾ ਹੈ ਗੁਰਪ੍ਰੀਤ ਜੀਪੀ ਨੇ, ਅਮਰ ਸਿੰਘ ਨੇ, ਵਿਕਰਮਜੀਤ ਸਿੰਘ ਖਾਲਸਾ ਨੇ, ਇਹਨਾਂ ਸਾਰਿਆਂ ਦਾ ਸਮੀਕਰਨ ਫਤਿਹਗੜ੍ਹ ਸਾਹਿਬ ਦੇ ਵਿੱਚ, ਖਾਸ ਕਰਕੇ ਗੇਜਾ ਕਿਉਂਕਿ ਉਹ ਨਵੇਂ ਚਿਹਰੇ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਤੇ ਇਸ ਦੇ ਨਾਲ ਹੀ ਬੀਜੇਪੀ ਨੇ ਨਵਾਂ ਚਿਹਰਾ ਉਤਾਰਿਆ ਹੈ? ਜੇਕਰ ਗੇਜਾ ਰਾਮ ਵਾਲਮੀਕਿ ਦੀ ਗੱਲ ਕਰਦੇ ਹਾਂ ਤਾਂ ਗੇਜਾ ਰਾਮ ਵਾਲਮੀਕਿ ਜਿਹੜੇ ਨੇ ਉਹ ਸਾਂਝੇ ਨਿਵਾਸੀ ਨੇ, ਯਾਨੀ ਕਿ ਹਲਕਾ ਮਲੋਹ ਦੇ
ਸਥਾਨਕ ਨਿਵਾਸੀ ਨੇ, ਉਹ ਇੱਥੇ ਦੇ ਰਹਿਣ ਵਾਲੇ ਨੇ ਤੇ ਪਿਛਲੇ ਲੰਬੇ ਅਰਸੇ ਤੋਂ ਕਾਂਗਰਸ ਲਈ ਉਹ ਕੰਮ ਕਰ ਰਹੇ ਸੀ ਤੇ ਹੁਣ ਉਹ ਬੀਜੇਪੀ ਚ ਸ਼ਾਮਿਲ ਹੋਏ ਨੇ। ਬੀਜੇਪੀ ਵੱਲੋਂ ਪਹਿਲੀ ਵਾਰ ਜਿਹੜਾ ਇਹ ਲੋਕ ਸਭਾ ਜਿਹੜਾ ਚੋਣਾਂ ਨੇ ਉਹ ਅਲੱਗ ਤੋਂ ਅਕਾਲੀ ਦਲ ਤੋਂ ਵੱਖਰੇ ਹੋ ਕੇ ਉਹ ਲੜਨ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਦੀ ਵੋਟ ਹੈ ਉਹ ਕਾਂਗਰਸ ਦੇ ਨਾਲ ਨਾਲ ਅਕਾਲੀ ਦਲ ਨੂੰ ਵੀ ਕਾਫੀ ਅਸਰ ਪਾਏਗੀ ਕਿਉਂਕਿ ਸ਼ਹਿਰੀ ਖੇਤਰ ਦੀ ਜਿਹੜੀ ਵੋਟ ਸੀ ਉਹ ਅਕਾਲੀ ਦਲ ਨੂੰ ਜਿਹੜੀ ਪੈਂਦੀ ਸੀ ਉਹ ਹੁਣ ਟੁੱਟੇਗੀ, ਉਹ ਜਾ ਕੇ ਬੀਜੇਪੀ ਨੂੰ ਜਿਹੜੀ ਉਹ ਵੋਟ ਪਵੇਗੀ ਤਾਂ ਇਹਦਾ ਅਸਰ ਜਿਹੜਾ ਹੈ ਕਾਂਗਰਸ ਤੇ ਅਕਾਲੀ ਦਲ ਨੂੰ ਕਾਫੀ ਪਵੇਗਾ। ਗੁਰਪ੍ਰੀਤ ਜੀਪੀ ਦੀ ਗੱਲ ਕਰ ਲੈਣਾ, ਗੁਰਪ੍ਰੀਤ ਜੀਪੀ ਜਿਹੜੇ ਨੇ ਉਹ ਹਲਕਾ ਫੌਸੀ ਪਠਾਣਾ ਤੋਂ ਪਹਿਲਾਂ ਵਿਧਾਇਕ ਰਹਿ ਚੁੱਕੇ ਨੇ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਤੇ ਉਹਨਾਂ ਦਾ ਕਾਫੀ ਰਸੂਖ ਹੈ, ਉਹ ਵੀ ਇਸ ਮੈਦਾਨ ਵਿੱਚ ਕਿਸੇ ਤੋਂ ਘੱਟ ਨਹੀਂ ਹੈ ਤੇ ਕਾਂਗਰਸ ਦੇ ਡਾਕਟਰ ਅਮਰ ਸਿੰਘ ਜਿਹੜੇ ਆ ਸਾਂਸਦ ਪਹਿਲਾਂ ਵੀ ਸਾਂਸਦ ਰਹਿ ਚੁੱਕੇ ਨੇ ਤੇ ਕਾਂਗਰਸ ਦਾ ਜਿਹੜਾ ਕਿਸੇ ਸਮੇਂ 'ਚ ਜਿਹੜਾ ਗੜ ਲੋਕ ਸਭਾ ਹਲਕਾ ਜਿਹੜਾ ਹੈ ਉਹ ਕਾਂਗਰਸ ਦਾ ਗੜ ਬਣਿਆ ਤੇ ਜ਼ਿਆਦਾਤਰ ਜਦੋਂ ਦਾ ਲੋਕ ਸਭਾ ਹਲਕਾ ਬਣਿਆ ਯਾਨੀ ਕਿ 2009 'ਚ ਲੋਕ ਸਭਾ ਹਲਕਾ ਫਤਿਹਗੜ੍ਹ ਬਣਿਆ ਸੀ ਉਦੋਂ ਤੋਂ ਲੈ ਕੇ ਜ਼ਿਆਦਾਤਰ ਜਿਹੜੀ ਆ ਕਾਂਗਰਸ ਦੇ ਜਿਹੜੀ ਆ ਇੱਥੇ ਦਾਅਵੇਦਾਰੀ ਰਹੀ ਆ ਤੇ 2014 'ਚ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਜਿਹੜੇ ਆ ਉਹ ਇੱਥੋਂ ਸਾਂਸਦ ਰਹੇ ਸੀ ਤਾਂ ਕਿਤੇ ਨਾ ਕਿਤੇ ਇਹ ਕਹਿ ਸਕਦੇ ਵੀ ਕਾਂਗਰਸ ਜਿਹੜੀ ਆ ਉਹਦੀ ਵੀ ਦਾਅਵੇਦਾਰੀ ਇੱਥੇ ਮੰਨੀ ਜਾ ਰਹੀ ਆ, ਜ਼ਿਆਦਾਤਰ ਜਿਹੜੇ ਕਾਂਗਰਸ ਦੇ ਹੀ ਉਮੀਦਵਾਰ ਇੱਥੇ ਰਹੇ। ਅਕਾਲੀ ਦਲ ਦੀ ਗੱਲ ਕਰ ਲੈਂਦੇ ਹਾਂ, ਅਕਾਲੀ ਦਲ ਤੋਂ ਜਿਹੜੇ ਵਿਕਰਮ ਸਿੰਘ ਖਾਲਸਾ ਨੇ ਉਹ 2007 'ਚ ਲੋਕ ਸਭਾ ਹਲਕਾ ਤੋਂ ਵਿਧਾਇਕ ਵੀ ਰਹੇ ਨੇ ਤੇ ਉਹਨਾਂ ਦੇ ਪਿਤਾ ਜਿਹੜੇ ਨੇ ਉਹ ਵੀ ਲੰਮਾ ਅਰਸਾ ਜਿਹੜਾ ਇਹ ਇੱਥੇ ਆਪਣੀ ਸੇਵਾ ਦਿੰਦੇ ਰਹੇ ਨੇ ਤੇ 1996 'ਚ ਜਿਹੜੇ ਆ ਰੋਪੜ ਜਿਹੜੀ ਲੋਕ ਸਭਾ ਹੁੰਦੀ ਸੀ ਉਸ ਵਿੱਚ ਉਹ ਸਾਂਸਦ ਵੀ ਰਹੇ ਨੇ ਤੇ ਗੁਰਚਰਨ ਸਿੰਘ ਟੌੜਾ ਜੀ ਦੇ ਬਿਲਕੁਲ ਕਰੀਬੀ ਰਹੇ ਨੇ ਉਹਨਾਂ ਦੇ ਪਿਤਾ। ਤਾਂ ਇਹ ਮੰਨ ਲਈਏ ਜਿਹੜੀ ਅਕਾਲੀ ਦਲ ਹੈ ਉਹ ਵੀ ਇਸ ਮੈਦਾਨ ਵਿੱਚ ਬਰਾਬਰ ਹੈ, ਪਰ ਇੱਕ ਤੁਹਾਨੂੰ ਮੈਂ ਦੱਸਦੇ ਕਿ ਅਕਾਲੀ ਦਲ ਦੀ ਜਿਹੜੀ ਵੋਟ ਹੈ ਜਿਹੜੀ ਅਸੀਂ ਪੇਂਡੂ ਹਲਕੇ ਦੀ ਲਾ ਰਹੇ ਹਾਂ ਉਹ ਜਿਹੜੀ ਵੋਟ ਆ ਉਹ ਤੱਕ ਵੋਟ ਆ ਉਹ ਜਿਹੜੀ ਅਕਾਲੀ ਦਲ ਨੂੰ ਭੁਗਤਣੀ ਹੀ ਭੁਗਤਣੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਰਾਜੇਸ਼ ਤੁਹਾਡਾ ਫਤਿਹਗੜ੍ਹ ਸਾਹਿਬ ਤੋਂ ਹਰ ਇੱਕ ਜਾਣਕਾਰੀ।